ਜੀ, ਮੇਰਾ ਨਾਮ ਕਵਰਚਨ ਕੌਰ ਹੈ ਅਤੇ ਅੱਜ ਕਰੋੜਪਤੀ ਬਣ ਕੇ ਬਹੁਤ ਬਹੁਤ ਖੁਸ਼ ਹਾਂ ਅਸੀਂ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਮਿਹਰ ਦੇ ਨਾਲ ਸਾਨੂੰ ਇਹ ਅੱਜ ਇਨਾਮ ਮਿਲਿਆ ਹੈ। ਘਰ ਦੇ ਵਿੱਚ ਤਾਂ ਬਹੁਤ ਵਧੀਆ ਮਾਹੌਲ ਸੀਗਾ, ਇਹ ਮੈਨੂੰ ਮਾਰਕੀਟ ਦੇ ਵਿੱਚ ਮਿਲੇ ਸੀ ਭਾਅ ਜੀ, ਅਤੇ ਇਹਨਾਂ ਨੇ ਔਫਰ ਕੀਤੀ ਕਿ ਤੁਸੀਂ ਟਿਕਟ ਲੈ ਲਓ, ਅਤੇ ਇਹਨਾਂ ਤੋਂ ਮੈਂ ਦੋ ਤਿੰਨ ਸੈੱਟ ਲਏ ਸੀਗੇ ਜਿਹਦੇ ਵਿੱਚੋਂ ਇੱਕ ਸਾਡਾ ਇਨਾਮ ਨਿਕਲਿਆ। ਸੋ ਅੱਜ ਧੰਨਵਾਦ ਕਰਨਾ ਚਾਹੋਗੇ ਇਹਨਾਂ ਦਾ? ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੀ, ਇਹਨਾਂ ਦੀ ਬਦੌਲਤ ਅੱਜ ਅਸੀਂ ਕਰੋੜਪਤੀ ਬਣ ਗਏ। ਹਾਂਜੀ ਹਾਂਜੀ, ਮੇਰਾ ਸੰਜੇ ਕਪੂਰ ਨਾਂ ਜੀ, ਸੰਜੇ ਲਾਟਰੀ ਏਜੰਸੀ ਬਟਾਲਾ ਦਾ, ਮੈਂ ਤਾਂ ਜਲੰਧਰ ਰੋਡ ਕਮੇਟੀ ਘਰ ਦੇ ਸਾਹਮਣੇ। ਮੇਰੇ ਕੋਲ ਇੱਕ ਨਾਮ ਨਿਕਲਿਆ 1.5 ਕਰੋੜ ਰੁਪਏ ਦਾ, ਅਤੇ ਉਹ ਮੇਰਾ 1.5 ਕਰੋੜ ਰੁਪਏ ਦਾ ਨਾਮ ਨਿਕਲਿਆ ਸੀ, ਅਤੇ ਮੈਨੂੰ ਕੰਪਨੀ ਤੋਂ ਫੋਨ ਆਇਆ, ਅਤੇ ਮੈਂ ਫਿਰ ਦੇਖਿਆ, ਮੈਂ ਕਿਹਾ ਮੁੰਡਾ ਰਾਜੂ ਉਹਨਾਂ ਲੈ ਗਿਆ ਅੰਮ੍ਰਿਤਸਰ, ਰਾਜੂ ਕਰੋੜਪਤੀ ਇਹ ਲੈ ਗਿਆ ਮੇਰੇ ਕੋਲ ਟਿਕਟ। ਮੈਂ ਇਹਨੂੰ ਫੋਨ ਕੀਤਾ, ਮੈਂ ਕਿਹਾ ਯਾਰ ਤੇਰੇ ਕੋਲ ਇੱਕ ਨਾਮ ਨਿਕਲਿਆ। ਇਹਨੇ ਫਿਰ ਮੈਂ ਚੈੱਕ ਕਰਕੇ ਦੱਸ ਕਿੱਥੇ ਆ। ਇਹਨਾਂ ਨੇ ਫਿਰ ਮੈਨੂੰ ਚੈੱਕ ਕੀਤਾ, ਕਹਿੰਦਾ ਇਸ ਤਰ੍ਹਾਂ ਉਹਨਾਂ ਕੋਲ ਹੈਗਾ, ਮੈਡਮ ਹੁਣੀ ਆਏ ਸੀ ਬਾਜ਼ਾਰ, ਅਤੇ ਉਹ ਆਏ ਹਨ, ਅਤੇ ਉਹ ਕਹਿੰਦੇ ਚੱਲ ਇੱਕ ਟਿਕਟ ਮੈਨੂੰ ਵੀ ਦੇ ਦੇ। ਇਹਨਾਂ ਨੇ ਫਿਰ ਉਹਨਾਂ ਨੂੰ ਟਿਕਟ ਦਿੱਤੀ, ਅਤੇ ਫਿਰ ਆਏ ਹਾਂ, ਇਹਨਾਂ ਨੂੰ ਵਧਾਈ ਦੇਣ ਆਏ ਹਾਂ, ਇਹਨਾਂ ਨੂੰ ਘਰ ਸਰਪ੍ਰਾਈਜ਼ ਦਿੱਤਾ ਇਹਨਾਂ ਨੂੰ, ਇੱਧਰ ਆਏ ਹਾਂ ਨਾਲ ਡੱਬਾ ਲਿਆ ਕੇ ਮਿਠਾਈ ਮਿਠੂਈ, ਮੈਂ ਮੂੰਹ ਮਿੱਠਾ ਕਰਾਈ ਇਹਨਾਂ ਦਾ। ਹਾਂਜੀ, ਪਰਮਾਤਮਾ ਬਾਕੀ ਤਾਂ ਬਹੁਤ ਵਧੀਆ। ਮੈਨੂੰ ਕਹਿੰਦੇ ਆ ਲੋਕ, ਅਤੇ ਮੈਂ ਇਸ ਨਾਮ 'ਤੇ ਜਾਣਦੇ ਨੇ ਮੈਨੂੰ ਸਾਰੇ, ਅਤੇ ਮੈਂ ਕਾਫੀ ਸਾਲਾਂ ਤੋਂ ਟਿਕਟਾਂ ਦਾ ਕੰਮ ਕਰਦਾ ਆ ਰਿਹਾ ਵਾਂ, ਅਤੇ ਕਾਫੀ ਮੈਂ ਕਰੋੜਪਤੀ ਬਣਾਏ ਨੇ, ਲੱਖਪਤੀ ਵੀ ਬਣਾਏ ਨੇ, ਅਤੇ ਲੋਕ ਕਹਿੰਦੇ ਨੇ ਕਿ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਸਾਰੇ ਕਹਿੰਦੇ ਜੀ ਇੱਥੋਂ ਦੀ ਲੋ ਟਿਕਟਾਂ ਨਹੀਂ ਨਿਕਲਦੀਆਂ, ਸਭ ਐਵੇਂ ਹੀ ਹੁੰਦੀਆਂ ਜੀ ਇਸ ਤਰ੍ਹਾਂ ਉਸ ਤਰ੍ਹਾਂ ਕਿ ਲੁਧਿਆਣੇ ਤੋਂ ਹੀ ਨਿਕਲਦੀਆਂ, ਪਰ ਲੁਧਿਆਣੇ ਤੋਂ ਤਾਂ ਉਹ ਮੇਨ ਹੈਗੇ ਆ ਜੀ, ਟਿਕਟਾਂ ਤਾਂ ਉੱਥੋਂ ਹੀ ਆਉਂਦੀਆਂ, ਠੀਕ ਹੈ ਜੀ। ਅਤੇ ਬਾਕੀ ਸੇਲ ਪਰਚੇਜ ਆ, ਜਿਵੇਂ ਮੈਂ ਵੀ ਸੈਲਰ ਹਾਂ, ਅਤੇ ਇੱਥੇ ਹੀ ਮੇਰੇ ਕੋਲੋਂ, ਮੈਂ ਅੰਮ੍ਰਿਤਸਰ ਆਇਆ ਸੀ, ਟਿਕਟਾਂ ਵੇਚਦਾ ਪਿਆ ਸੀ, ਅਤੇ ਇਸ ਤਰ੍ਹਾਂ ਹੀ ਮੇਰਾ ਮਤਲਬ ਕਿ ਮੇਰੇ ਹੱਥੋਂ ਮਤਲਬ ਕਿ 1.5 ਕਰੋੜ ਦਾ ਨਾਮ ਨਿਕਲਿਆ। ਜਿਵੇਂ ਕਿ ਤੁਸੀਂ ਜਾਣਦੇ ਹੋ ਅੰਮ੍ਰਿਤਸਰ ਮੈਂ ਇੱਕ ਕਰੋੜਪਤੀ ਬਣਾਇਆ ਜੀ, ਅਤੇ ਉਹ ਆਪਣਾ 1.5 ਕਰੋੜ ਦੀ ਜਿਹੜੀ ਟਿਕਟ ਹੈ, ਜਿਹੜੀ 5-3 ਨੂੰ ਡਰਾ ਸੀ, ਅਤੇ ਰਾਤ ਨੂੰ ਹੀ ਮੈਨੂੰ 9 ਵਜੇ ਪਤਾ ਲੱਗ ਗਿਆ ਕਿ 8:15 ਪਤਾ ਲੱਗ ਗਿਆ ਕਿ ਮੈਨੂੰ 1.5 ਕਰੋੜ ਰੁਪਈਆ ਮੇਰੇ ਕੋਲੋਂ ਨਿਕਲਿਆ। ਮੈਨੂੰ ਉਹਨਾਂ ਦਾ ਲੁਧਿਆਣੇ ਫੋਨ ਆਇਆ, ਕਿਉਂਕਿ ਮੈਨੂੰ ਐਕਚੁਲੀ ਇਹਨਾਂ ਦੇ ਆਪਣਾ ਕੀ ਕਹਿੰਦੇ ਨੇ ਸੰਜੇ ਲਾਟਰੀ ਵੱਲੋਂ ਬਟਾਲੇ ਤੋਂ ਆਇਆ ਫੋਨ ਮੈਨੂੰ, ਅਤੇ ਇਹ ਜਿਹੜੇ ਮੇਰੇ ਜੀ ਸਟੋਕਿਜ਼ ਨੇ ਮੇਨ, ਇਹਨਾਂ ਕੋਲੋਂ ਮੈਂ ਟਿਕਟ ਲਈ ਸੀ, ਅਤੇ ਉਸ ਤੋਂ ਬਾਅਦ ਜੀ ਮੈਨੂੰ ਬੜੀ ਖੁਸ਼ੀ ਹੋਈ, ਮੈਂ ਟਿਕਟ ਲੱਭੀ ਜਲਦੀ ਜਲਦੀ ਇਸ ਤਰ੍ਹਾਂ ਕਿ ਕਿਹਨੂੰ ਟਿਕਟ ਸੇਲ ਕੀਤੀ ਹੈ, ਅਤੇ ਫਿਰ ਮੇਰਾ ਮਨ ਬਹੁਤ ਹੀ ਜ਼ਿਆਦਾ ਖੁਸ਼ ਹੋਇਆ। ਅਤੇ ਮੈਂ ਇਸ ਕਰਕੇ ਕਿ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵਾਂ ਕਿ ਲਾਟਰੀ ਕਿੱਥੇ ਵੀ ਨਿਕਲ ਸਕਦੀ ਹੈ, ਇਟ ਇਜ਼ ਅ ਜੈਕ ਲਾਈਫ 'ਚ ਐਪੀਸੋਡ, ਕਿਸੇ ਦਾ ਵੀ ਪਿਆਰਾ ਬਣ ਸਕਦਾ। ਰਾਜੂ ਜੀ, ਹੁਣ ਤੱਕ ਕਿੰਨੇ ਕਰੋੜਪਤੀ ਬਣਾ ਚੁੱਕੇ ਹੋ ਤੇ ਲੱਖਪਤੀ? ਹਾਂਜੀ, ਲੋਕਾਂ ਨੂੰ ਪੈਸਾ ਕਮਾ ਕੇ ਦੇ ਸਕਦੇ? ਹਾਂਜੀ, ਮੈਂ ਤਿੰਨ ਕਰੋੜਪਤੀ ਬਣਾ ਬੈਠਾ ਜੀ, ਮੈਂ ਆਪਣੇ ਹੱਥੀ। ਬਾਕੀ ਹੋਰ ਵੀ ਨੇ ਏਜੰਟ ਨੇ, ਉਹ ਵੀ ਸਾਰੇ ਬਣਾ ਸਕੇ ਨੇ, ਜਿਵੇਂ ਮੇਰੇ ਨਾਲ ਸੰਜੇ ਭਾਅ ਜੀ ਲਾਟਰੀ ਵਾਲੇ ਖੜੇ ਨੇ, ਇਹਨਾਂ ਨੇ ਵੀ ਬੜੇ, ਇਹਨਾਂ ਦੇ ਹੱਥੋਂ ਵੀ ਬੜੇ ਨਿਕਲੇ ਨੇ, ਇਹਨਾਂ ਕੋਲ ਹੋਰ ਵੀ ਏਜੰਟ ਕੰਮ ਕਰਦੇ ਨੇ, ਅਤੇ ਮੈਂ ਵੀ ਸੈਲਰ ਹਾਂ, ਅਤੇ ਆਈ ਕਾਂਟ ਇਮੈਜਿਨ ਜੀ, ਮੈਂ ਕੀ ਕਹਿੰਦੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿੰਨੀ ਖੁਸ਼ੀ ਹੁੰਦੀ ਹੈ। ਇੱਕ ਆਪਣੇ ਆਪ ਨੂੰ ਵੀ ਹੁੰਦੀ ਹੈ, ਅਤੇ ਇੱਕ ਉੱਧਰੋਂ ਵੀ ਅਲੱਗ ਹੀ ਇੱਕ ਚਿਹਰਾ ਦੇਖਣ ਨੂੰ ਮਿਲਦਾ ਜੀ, ਕਿ ਹਾਂ ਜੀ ਲਾਟਰੀ ਵਾਕਈ ਨਿਕਲੀ ਹੈ, ਸੱਚੀ ਨਿਕਲੀ ਹੈ, ਕਿ ਯਕੀਨ ਹੀ ਨਹੀਂ ਹੁੰਦਾ। ਉਹਨਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਐਸੀ ਕੋਈ ਗੱਲ ਨਹੀਂ ਹੈ, ਇਹ ਮਨ ਦਾ ਆਪਣਾ ਗੱਲਾਂ ਬਾਤਾਂ ਹੈ, ਜਿਵੇਂ ਵੀ ਹੈ, ਕਹਿੰਦੇ ਨੇ ਜਿੰਨੇ ਚਿਹਰੇ ਉਨੀਆਂ ਗੱਲਾਂ, ਅਤੇ ਆਪਾਂ ਹੋਰ ਵੀ ਜਿਸ ਤਰ੍ਹਾਂ ਵੀ ਕਿਸੇ ਨੂੰ ਕਹੀਏ ਕਿ ਆਪਣਾ ਜ਼ਿੰਦਗੀ 'ਚ ਦੇਹ ਦਿੱਤੀ ਹੈ ਰੱਬ ਨੇ, ਅਤੇ ਇਹਨੂੰ ਅਸੀਂ ਕਿਸਮਤ ਦੇ ਰਾਹ ਦੇ ਨਾਲ ਵੀ ਲੈ ਕੇ ਜਾਣਾ ਚਾਹੀਦਾ ਸਾਨੂੰ। ਹਾਂਜੀ, ਬੜਾ ਹੀ ਵਧੀਆ ਲੱਗਣ ਦਿਆ ਜੀ, ਕਿ ਇੱਕ ਇਹਨਾਂ ਨੂੰ ਇੱਕ ਸਰਪ੍ਰਾਈਜ਼ ਵੀ ਦਿੱਤਾ, ਅਤੇ ਇੱਕ ਚਲੋ ਪਰਮਾਤਮਾ ਇਹਨਾਂ ਨੂੰ ਵੀ ਦਿੱਤਾ, ਕੁਛ ਦੇਣ ਆਏ ਹਾਂ ਅਤੇ ਕੁਛ ਲੈਣ ਵੀ ਆਏ ਹਾਂ।